सिमरो अंगद दोख निकंदन अमरदास गुर हृदय त्यावो हृदय त्यावो श्री गुरु रामदास गुण गा श्री अर्जन विघ्नन के नाशक विघ्नन के नाशक श्री हर गोविंद शुभ सुमत प्रकाशक श्री हर राय नमो कर जोरी कर जोरी गुरु हर कृष्ण मनाए बहोरी गुरु तेग बहादुर परम केर पाला केर पाला श्री गुरु गोबिंद सिंह बिसाला तरों तहरा पर पुन पुन शीसा पुन शीसा बंदो बार बार जगदीशा जिसमें है अमृत ज्ञान है माणक भगत बैराग श्री गुरु ग्रंथ साहिब उदद बंदों करे अनुराग एकंकारा सतगुरु तेह प्रसाद सच होए वाहिगुरु जी की फतेह विघ्न विनाशन सोए सतनाम श्री वाहिगुरु साहिब जी सवैया छंद सवा जाम जामन ते कीर्तन करें रबाबी शब्द उचार श्री अर्जन जुत मोहरी आदिक सुने सकल अर करें विचार सवा जाम जामन ते कीर्तन सत्य पातशाह गरीब नवाज दीन दुनिया दे मालक चबर छत्र तखत दे मालक समरथ गुरु प्रतख गुरु दीन दयाल कृपाल अंतरजामी पूरन पार ब्रह्म परमेश्वर वाहिगुरु अकाल पुरख जी का सरगुण स्वरूप धन धन सतगुरु जी धन धन श्री गुरु ग्रंथ साहिब जी महाराज धन धन श्री गुरु ग्रंथ साहिब जी महाराज सारी गुरु प्यार वाली संगत दोवें हाथ जोड़ो गज के आखो जी धन धन श्री गुरु ग्रंथ साहिब जी महाराज धन धन श्री गुरु ग्रंथ साहिब जी महाराज होर गज के कहो जी धन धन श्री गुरु ग्रंथ साहिब जी महाराज 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 सतगुरु जी की पवित्र पावन हाजरी विखे सुभाए मन संगत जी आप जी बड़े ही प्यार नाल सतगुरु जी दे हजूर बैठ के सतगुरु जी की महान पवित्र बाणी का पाठ मुख वाक आप जी ने सरवण किया एहो सागर सोई तरै जो हर गुण गावै इस संसार रूपी समुंदर विच ओहो ही तरेगा जेड़ा रब दे गुण गाउंदा है जी ये आम सागर नहीं हैगा भी जिन्हों बंदा तैर के लंघ जाएगा इत्थे जे किसी ने तरना है संसार चों पार उतरना है वो फिर वाहिगुरु जी दे गुण गावे जी महाराज जी का मुख वाक आप जी ने सरवण किया आओ हुण लड़ीवार इतिहास की कथा कुछ समय वास्ते आपने सरवण करनी है दोवें हाथ जोड़ के अदब सत्कार सहित गज के फतेह बुलाओ जी वाहिगुरु जी का खालसा वाहिगुरु जी की फतेह
ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਗੋਇੰਦਵਾਲ ਸਾਹਿਬ ਜੀ ਦੀ ਧਰਤੀ 'ਤੇ ਗਏ ਹਨ। ਕੱਲ੍ਹ ਤੁਸੀਂ ਸੁਣਿਆ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਬਰਸੀ ਪੂਰਨਮਾਸੀ ਦਾ ਜੱਗ ਮੇਲਾ ਜਿਹੜਾ ਹੈ ਉਹ ਗੋਇੰਦਵਾਲ ਸਾਹਿਬ ਕੀਤਾ ਗਿਆ। ਬਹੁਤ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਆਈਆਂ, ਹਰ ਇੱਕ ਦੀਆਂ ਸੇਵਾ ਵਾਸਤੇ ਡਿਊਟੀਆਂ ਲੱਗੀਆਂ ਜੀ। ਕਿਸੇ ਦੇ ਡਿਊਟੀ ਕੀਰਤਨ ਕਰਨ ਦੀ, ਕਿਸੇ ਦੀ ਕਥਾ ਕਰਨ ਦੀ, ਕਿਸੇ ਦੀ ਭਾਂਡੇ ਮਾਂਜਣ ਦੀ, ਕਿਸੇ ਦੀ ਬਾਲਣ ਲਿਆਉਣ ਦੀ, ਕਿਸੇ ਦੀ ਸੰਗਤ ਦੀ ਪਾਣੀ ਲਿਆਉਣ ਦੀ, ਕਿਸੇ ਦੀ ਕਿਸੇ ਕੰਮ ਦੀ ਡਿਊਟੀ, ਕਿਸੇ ਦੀ ਕਿਸੇ ਕੰਮ ਦੀ ਗੁਰੂ ਅਰਜਨ ਦੇਵ ਜੀ ਨੇ ਮੰਗ ਕੇ ਸੇਵਾ ਲਈ ਜੀ। ਮਹਾਰਾਜ ਸਾਰਿਆਂ ਨੂੰ ਕਹਿਣ ਲੱਗੇ ਭਾਈ ਵੱਡੇ ਗੁਰੂਆਂ ਦਾ ਪੁਰਬ ਹੈ, ਸਾਰਿਆਂ ਨੂੰ ਹੀ ਸੇਵਾ ਕਰਨੀ ਚਾਹੀਦੀ ਹੈ। ਮਹਾਰਾਜ ਕਹਿਣ ਲੱਗੇ ਅਸੀਂ ਵੀ ਇੱਕ ਸੇਵਾ ਕਰਨੀ, ਤੁਸੀਂ ਨਾ ਨਾ ਕਰਿਓ। ਸਿੱਖ ਕਹਿੰਦੇ ਮਹਾਰਾਜ ਦੱਸੋ। ਗੁਰੂ ਅਰਜਨ ਦੇਵ ਜੀ ਕਹਿਣ ਲੱਗੇ ਆਉਣ ਵਾਲੀਆਂ ਸੰਗਤਾਂ ਦੇ ਚਰਨ ਮੈਂ ਆਪ ਧਵਾਵਾਂਗਾ ਕਹਿਣ ਲੱਗੇ। ਜਦੋਂ ਸਤਿਗੁਰੂ ਜੀ ਨੇ ਇਹ ਗੱਲ ਕੀਤੀ, ਸਿੱਖ ਕਹਿੰਦੇ ਮਹਾਰਾਜ ਆਪ ਜੀ ਕੋਲੋਂ ਚਰਨ ਧਵਾਉਣੇ ਹੀ ਨਹੀਂ ਕਿਸੇ ਨੇ, ਸਾਰੇ ਆਪ ਜੀ ਨੂੰ ਪੂਜਦੇ। ਮਹਾਰਾਜ ਤੁਸੀਂ ਸਾਡੇ ਮਾਲਕ, ਸਾਡੇ ਪਰਮੇਸ਼ਰ, ਕੋਈ ਪਰਮੇਸ਼ਰ ਕੋਲੋਂ ਵੀ ਆਪਣੇ ਪੈਰ ਧਵਾਏਗਾ? ਮਹਾਰਾਜ ਕਹਿਣ ਲੱਗੇ ਸਾਡੀ ਸੇਵਾ। ਮਹਾਰਾਜ ਕਹਿਣ ਲੱਗੇ ਗੁਰੂ ਅਮਰਦਾਸ ਜੀ ਦੀ ਯਾਦ 'ਚ ਕਰਨਾ। ਇਸ ਗੱਲ ਤੋਂ ਇੱਕ ਸੁਮੱਤ ਮਿਲਦੀ ਹੈ, ਕਿਉਂ ਅਸੀਂ ਕਲਯੁਗੀ ਜੀਵ ਹਾਂ, ਛੋਟੀ ਮੋਟੀ ਪਦਵੀ ਆ ਜਾਏ ਮਨ 'ਚ ਹਉਮੈ ਹੰਕਾਰ ਆ ਜਾਂਦੀ ਹੈ, ਅਸੀਂ ਬਹੁਤ ਛੇਤੀ ਸਾਡਾ ਮਨ ਮੈਲਾ ਹੋ ਜਾਂਦਾ ਜੀ, ਬਹੁਤ ਛੇਤੀ ਜੀ। ਪਰ ਚੇਤਾ ਰੱਖਿਓ, ਇਸ ਗੱਲ ਤੋਂ ਸਿੱਖਿਆ ਮਿਲਦੀ ਹੈ, ਗੁਰੂ ਜੀ ਦਾ ਗੁਰਪੁਰਬ ਹੋਵੇ ਭਾਵੇਂ ਕਿੰਨਾ ਵੀ ਵੱਡਾ ਬੰਦਾ ਕਿਉਂ ਨਾ ਹੋਵੇ, ਉਹਨੂੰ ਆਪ ਸੇਵਾ ਕਰਨੀ ਚਾਹੀਦੀ ਹੈ ਜੀ। ਸੇਵਾ ਕੀਤਿਆਂ ਗੁਰੂਆਂ ਦੀਆਂ ਖੁਸ਼ੀਆਂ ਮਿਲਦੀਆਂ ਨੇ। ਬੜਾ ਵੱਡਾ ਜੱਗ ਮੇਲਾ ਹੋਇਆ ਜੀ, ਕਹਿੰਦੇ ਜੱਗ ਮੇਲੇ 'ਤੇ ਜਿਹੜਾ ਹਾਜ਼ਰੀ ਭਰਦਾ ਨਾ ਉਹਨੂੰ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਦਾ ਫਲ ਮਿਲਦਾ ਹੈ ਜੀ। ਅਤੇ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਦਾ ਫਲ ਜਿਹੜਾ ਹੈ ਉਹ ਭੱਟਾਂ ਨੇ ਦੱਸਿਆ ਜੀ। ਗੱਜ ਕੇ ਆਖੋ ਵਾਹਿਗੁਰੂ। ਗੁਰ ਅਮਰਦਾਸ ਪਰਸੀਆ ਪੋਹਮ ਪਾਤਕ ਬਿਨਾਸ ਹੈ। ਗੁਰ ਅਮਰਦਾਸ ਜੀ ਦੇ ਦਰਸ਼ਨ ਕੀਤਿਆਂ ਬੰਦੇ ਦੇ ਪਾਪ ਮੁੱਕ ਜਾਂਦੇ ਜੀ। ਗੁਰ ਅਮਰਦਾਸ ਪਰਸੀਆ ਸਿੱਧ ਸਾਧਕ ਆਸਾਸ ਹੈ। ਗੁਰ ਅਮਰਦਾਸ ਜੀ ਦੇ ਦਰਸ਼ਨ ਕੀਤਿਆਂ ਰਿਧੀਆਂ ਸਿੱਧੀਆਂ ਆ ਜਾਂਦੀਆਂ ਜੀ। ਗੁਰ ਅਮਰਦਾਸ ਪਰਸੀਆ ਧਿਆਨ ਲਹੀਐ ਪਉ ਮੁਕਹੇ। ਕਹਿੰਦੇ ਗੁਰੂ ਅਮਰਦਾਸ ਜੀ ਨੂੰ ਯਾਦ ਕੀਤਿਆਂ ਬੰਦੇ ਦਾ ਧਿਆਨ ਪੱਕਾ ਹੁੰਦਾ ਜੀ, ਧਿਆਨ ਪੱਕਾ ਹੁੰਦਾ, ਜਿਹੜਾ ਧਿਆਨ ਟਿਕਦਾ ਨਹੀਂ ਹੈ। ਗੁਰੂ ਅਮਰਦਾਸ ਜੀ ਨੂੰ ਯਾਦ ਕਰੋ, ਮਹਾਰਾਜ ਜੀ ਦੇ ਚਰਨਾਂ 'ਚ ਜੁੜੋ, ਤੁਹਾਡਾ ਧਿਆਨ ਪੱਕਾ ਹੋਣ ਲੱਗ ਪਏਗਾ ਜੀ। ਪਉ ਮੁਕਹੇ, ਆਵਾਗਮਨ ਦਾ ਫੇਰਾ ਵੀ ਮੁੱਕ ਜਾਂਦਾ ਹੈ ਜੀ। ਇਹ ਗੁਰੂ ਜੀ ਦੇ ਦਰਸ਼ਨਾਂ ਦਾ ਫਲ ਹੈਗਾ ਜੀ। ਬੜਾ ਲੰਬਾ ਸਵਈਆ, ਇੱਕ ਬਿਨ ਦੁੱਗਣ ਜੋ ਤੋਰ ਹੈ, ਜਾਲ ਪਾ ਪਦਾਰਥ ਇੱਤਰ ਹੈ, ਗੁਰ ਅਮਰਦਾਸ ਡਿੱਠੇ ਮਿਲੈ। ਇੱਕ ਬਿਨ ਦੁੱਗਣ ਜੋ ਤੋਰ ਹੈ, ਜਾਸ ਮੰਤਰ ਮਾਨ ਵਹਿਲ ਹੈ, ਜਾਲ ਪਾ ਪਦਾਰਥ ਇੱਤੜੇ, ਗੁਰ ਅਮਰਦਾਸ ਡਿੱਠੇ ਮਿਲੈ। ਸੋ ਸੰਗਤਾਂ ਨੇ ਜੱਗ ਮੇਲੇ ਵਿੱਚ ਹਾਜ਼ਰੀ ਭਰੀ, ਬਹੁਤ ਸੰਗਤਾਂ ਹਾਜ਼ਰੀ ਭਰ ਕੇ ਚਲੇ ਗਈਆਂ। ਗੁਰੂ ਅਰਜਨ ਦੇਵ ਜੀ ਗੋਇੰਦਵਾਲ ਸਾਹਿਬ ਹੀ ਰਹਿ ਪਏ ਜੀ। ਮਹਾਰਾਜ ਕਹਿਣ ਲੱਗੇ ਅਸੀਂ ਕੁਝ ਦਿਨ ਗੋਇੰਦਵਾਲ ਸਾਹਿਬ ਰਹਿਣਾ, ਕਥਾ ਕੀਰਤਨ ਹੁੰਦਾ ਅਤੇ ਗੁਰੂ ਸਾਹਿਬ ਅੰਦਰ ਦੀ ਵਿਚਾਰ ਕਰਦੇ ਆ ਜੀ, ਅਵਸਥਾ ਕਿੱਥੇ ਕੁ ਪਹੁੰਚ ਗਈ ਹੈ। ਹਰ ਬੰਦੇ ਨੂੰ ਧਿਆਨ ਰੱਖਣਾ ਚਾਹੀਦਾ, ਬੜੇ ਸਾਲ ਹੋ ਗਏ ਸਾਨੂੰ ਲੱਗਿਆਂ ਨੂੰ, ਅਸੀਂ ਕਿੱਥੇ ਕੁ ਪਹੁੰਚੇ ਹਾਂ ਜੀ, ਬੜੇ ਸਾਲ ਹੋ ਗਏ ਲੱਗਿਆਂ ਨੂੰ। ਆਪਾਂ ਵੇਖ ਲਈਏ, ਕਿਸੇ ਨੂੰ 2 ਸਾਲ, ਕਿਸੇ ਨੂੰ 3 ਸਾਲ, ਕਿਸੇ ਨੂੰ 20-20 ਸਾਲ ਵੀ ਹੋ ਜਾਂਦੇ ਹੈ, ਅੰਦਰ ਦੀ ਤਰੱਕੀ ਨਹੀਂ ਹੁੰਦੀ ਸੰਗਤ ਜੀ, ਅੰਦਰ ਉੱਥੇ ਹੀ ਖਲੋਤਾ ਜੀ। ਵਿਚਾਰ ਕਰੀਏ ਵੀ ਸਾਡੇ ਅੰਦਰੋਂ ਕਾਮ ਕ੍ਰੋਧ ਕਿੰਨਾ ਕੁ ਘਟਿਆ ਜੀ, ਹਾਂਜੀ, ਸਾਡੇ ਅੰਦਰ ਨਾਮ ਦਾ ਆਨੰਦ ਕਿੰਨਾ ਕੁ ਵਧਿਆ, ਸਾਡਾ ਨਿਤਨੇਮ ਕਿੰਨਾ ਕੁ ਵੱਧ ਗਿਆ। ਮਤਲਬ ਕੋਈ ਪ੍ਰਾਪਤੀ ਤਾਂ ਹੋਵੇ ਜੀ। ਕਿਸੇ ਸਕੂਲ ਵਿੱਚ ਬੰਦਾ ਜਾਵੇ, ਰੋਜ਼ ਜਾਈ ਜਾਵੇ, ਫੇਰਾ ਮਾਰੀ ਜਾਵੇ, ਸਿੱਖੇ ਕੁਝ ਵੀ ਨਾ ਜੀ, ਪ੍ਰਾਪਤੀ ਕੁਝ ਵੀ ਨਾ ਹੋਵੇ, ਤਾਂ ਫਿਰ ਫਾਇਦਾ ਕੀ ਹੋਇਆ ਜੀ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਅੰਦਰ ਦੀ ਵਿਚਾਰ ਕਰਦੇ ਹੈ, ਆਤਮਾ ਦੀ ਵਿਚਾਰ ਕਰਦੇ ਹੈ। ਹੁਣ ਆਪਾਂ ਅੱਗੋਂ ਕਥਾ ਸਰਵਣ ਕਰੀਏ, ਸੁਰਤੀਆਂ ਜੋੜੋ। ਧੰਨ ਗੁਰੂ ਅਮਰਦਾਸ ਜੀ ਦੇ ਮਹਾਨ ਅਸਥਾਨ ਗੋਇੰਦਵਾਲ ਸਾਹਿਬ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬੈਠੇ ਹਨ। ਬੜੇ ਕੀਮਤੀ ਬਚਨ ਨੇ ਔਰ ਬੜੇ ਧਿਆਨ ਨਾਲ ਸੁਣਨ ਵਾਲੇ ਬਚਨ ਨੇ ਅੱਜ ਦੀ ਕਥਾ ਵਿੱਚ। ਸਾਰੀਆਂ ਸੰਗਤਾਂ ਆਪਾਂ ਕਥਾ ਸਰਵਣ ਕਰੀਏ।
ਦੋਵੇਂ ਹੱਥ ਜੋੜ ਕੇ ਗੱਜ ਕੇ ਆਖੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਵਾ ਜਾਮ ਜਾਮਨ ਤੇ ਕੀਰਤਨ ਕਰੈ ਰਬਾਬੀ ਸ਼ਬਦ ਉਚਾਰ। ਜਦੋਂ ਸਵਾ ਜਾਮ ਜਾਮਨ, ਰਾਤ ਦਾ ਇੱਕ ਪੈਰ ਰਹਿ ਜਾਂਦਾ ਜੀ, ਸਵਾ ਪੈਰ ਜੀ, ਅੰਮ੍ਰਿਤ ਵੇਲਾ ਹੋ ਜਾਂਦਾ ਜੀ, ਰਬਾਬੀ ਸਿੱਖ ਕੀਰਤਨ ਕਰਦੇ। ਉਦੋਂ ਹਾਰਮੋਨੀਅਮ ਨਾਲ ਨਹੀਂ ਸੀ ਹੁੰਦਾ, ਰਬਾਬ ਨਾਲ ਹੀ ਕੀਰਤਨ ਹੁੰਦਾ ਸੀ। ਸਵਾ ਜਾਮ ਜਾਮਨ ਤੇ ਕੀਰਤਨ ਕਰਹੇ ਰਬਾਬੀ ਸ਼ਬਦ ਉਚਾਰ। ਗੁਰਬਾਣੀ ਦੇ ਸ਼ਬਦ ਪੜ੍ਹ ਕੇ ਰਬਾਬੀ ਸਿੱਖ ਕੀਰਤਨ ਕਰਦੇ ਹਨ। ਸ੍ਰੀ ਅਰਜਨ ਜੁਤ ਮੋਹਰੀ ਆਦਿਕ ਸੁਣੈ ਸਕਲ ਅਰ ਕਰੈ ਬੇਚਾਰ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਬਾਬਾ ਸ੍ਰੀ ਗੁਰੂ ਅਮਰਦਾਸ ਜੀ ਦੇ ਪੁੱਤਰ ਬਾਬਾ ਮੋਹਰੀ ਜੀ ਸਾਰੇ ਕੀਰਤਨ ਸੁਣ ਕੇ ਵਿਚਾਰ ਕਰਦੇ ਜੀ ਅੰਦਰ ਜੀ, ਕਿੱਥੇ ਕੁ ਪਹੁੰਚ ਗਏ। ਚੇਤਾ ਰੱਖਿਓ, ਕਥਾ ਸੁਣਨ ਨਾਲ ਵੀ ਗੱਲ ਨਹੀਂ ਚੇ ਬਣਦੀ, ਜਿੰਨਾ ਚਿਰ ਤੱਕ ਬੰਦਾ ਆਪਣੇ ਆਪ ਨਹੀਂ ਵਿਚਾਰ ਕਰਦਾ ਜੀ। ਗੱਜ ਕੇ ਆਖੋ ਵਾਹਿਗੁਰੂ, ਫਿਰ ਕਹੋ ਪ੍ਰੇਮ ਨਾਲ ਵਾਹਿਗੁਰੂ। ਕਥਾ ਸੁਣਨ ਨਾਲ ਪੁੰਨ ਵੱਧਦੇ ਹੈ, ਪਰ ਜੀਵਨ ਉਦੋਂ ਬਦਲਦਾ ਜਦੋਂ ਆਪਣੇ ਅੰਦਰ ਵਿਚਾਰ ਕਰਦਾ ਜੀ ਬੰਦਾ ਜੀ, ਸਾਰੇ ਸ਼ਬਦ ਦੀ ਵਿਚਾਰ ਕਰਦੇ ਹੈ। ਮਿਥਿਆ ਜਗਤ ਜਾਣ ਕਰ ਨਿਸ਼ਚੈ ਅੰਤਰਬ੍ਰਿਤੀ ਕਰੈ ਸੁਖ ਕਾਰ। ਕਿਉਂਕਿ ਜਗ ਮੇਲੇ ਤੇ ਆਏ ਹੈ, ਗੁਰੂ ਅਮਰਦਾਸ ਜੀ ਦੀ ਬਰਸੀ ਤੇ ਆਏ ਹੈ, ਇਸ ਕਰਕੇ ਜਗਤ ਨੂੰ ਮਿਥਿਆ ਹੀ ਜਾਣਦੇ ਸਾਰੇ ਜੀ। ਮਿਥਿਆ ਬੜੀ ਵਾਰੀ ਸ਼ਬਦ ਆਉਂਦਾ ਮਿਥਿਆ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇੱਕ ਸ਼ਬਦ ਵੀ ਹੈ, ਸਾਧੋ ਇਹੋ ਤਨ ਮਿਥਿਆ ਜਾਣੋ, ਆਉਂਦਾ ਹੈ ਨਾ ਸ਼ਬਦ, ਸਾਧੋ ਇਹੋ ਤਨ ਮਿਥਿਆ ਜਾਣੋ। ਮਿਥਿਆ ਸ਼ਬਦ ਆਪਾਂ ਧਿਆਨ ਨਹੀਂ ਦਿੰਦੇ, ਆਮ ਹੀ ਆਪਾਂ ਇਹ ਸ਼ਬਦ ਬੋਲਦੇ ਹਾਂ ਆਪਣੀ ਬੋਲੀ 'ਚ। ਅਸੀਂ ਕਹਿੰਦੇ ਹਾਂ ਵਿਆਹ ਵਾਲਾ ਦਿਨ ਮਿਥਿਆ ਗਿਆ ਜੀ, ਇਸ ਤਰ੍ਹਾਂ ਹੀ ਕਹਿੰਦੇ ਹਾਂ ਨਾ ਜੀ, ਵਿਆਹ ਵਾਲਾ ਦਿਨ ਮਿਥਿਆ ਗਿਆ ਜੀ। ਹੁਣ ਮਿੱਥੇ ਹੋਏ ਦਿਨ ਵਾਲੇ ਦਿਨ ਵਿਆਹ ਹੋਏਗਾ ਜੀ, ਕਾਰਡ ਛਪ ਜਾਂਦੇ ਆ, ਰਿਸ਼ਤੇਦਾਰਾਂ ਨੂੰ ਦੱਸਿਆ ਜਾਂਦਾ, ਸਾਰੇ ਆ ਜਾਂਦੇ ਆ ਜੀ। ਮਿੱਥਿਆ ਆਪਾਂ ਮੰਨਦੇ ਵੀ ਦਿਨ ਪੱਕਾ ਹੋ ਗਿਆ ਜੀ, ਇਹ ਗੱਲ ਮਿੱਥੀ ਗਈ ਹੈ ਜੀ। ਹੁਣ ਫਿਰ ਸੁਣਿਓ, ਕਿਸੇ ਨੇ ਕਨੇਡਾ ਜਾਣਾ ਹੈ ਜੀ, ਦਿਨ ਮਿੱਥਿਆ ਜਾਂਦਾ, ਇੰਨੀ ਤਰੀਕ ਨੂੰ ਜਾਣਾ, ਇੰਨੀ ਤਰੀਕ ਦੀ ਟਿਕਟ ਹੈ ਜੀ। ਫਿਰ ਬੰਦਾ ਕੀ ਕਰਦਾ ਜੀ, ਮਿੱਥੇ ਹੋਏ ਦਿਨ ਦੀ ਤਿਆਰੀ ਸ਼ੁਰੂ ਕਰਦਾ ਜੀ। ਘਰ 'ਚ ਧੀ ਦਾ ਵਿਆਹ ਰੱਖਿਆ ਜੀ, ਮਿੱਥਿਆ ਗਿਆ, ਅਤੇ ਤੁਸੀਂ ਸਿਆਣੇ ਬੈਠੇ ਹੋ, ਇੱਕ ਗੱਲ ਆਮ ਹੀ ਪ੍ਰਚਲਿਤ ਹੈ ਵੀ ਜਿਹੜਾ ਦਿਨ ਮਿੱਥਿਆ ਗਿਆ ਸਮਝੋ ਆ ਗਿਆ। ਗੱਜ ਕੇ ਆਖੋ ਵਾਹਿਗੁਰੂ। ਕਹਿੰਦੇ ਹੁਣ ਵਿਆਹ ਦੀ ਤਰੀਕ ਰੱਖਦੀ ਸਮਝੋ ਆ ਗਈ, ਪਰ ਵਿਆਹ ਦੀ ਬੰਦਾ ਤਿਆਰੀ ਕਰਦਾ ਵੀ ਦਿਨ ਮਿੱਥਿਆ ਗਿਆ। ਪਰ ਚੇਤਾ ਰੱਖਿਓ, ਕਈ ਵਾਰੀ ਕੁਝ ਕਾਰਨ ਐਸੇ ਵਰਤ ਜਾਂਦੇ ਹੈ, ਮਿੱਥੇ ਹੋਏ ਦਿਨ ਬਦਲ ਜਾਂਦੇ ਆ ਜੀ। ਛਿਆਟੇ ਨਰਾਇਣਗੜ੍ਹ ਅੱਜ ਕਥਾ ਕਰਕੇ ਆਇਆ ਜੀ, ਉੱਥੇ ਬੀਬੀ ਨਿੰਦਰ ਕੌਰ ਦੇ ਸਰੀਰ 'ਤੇ ਆਗਿਆ ਸੀਗਾ ਜੀ। ਅੱਜ ਦੇ ਦਿਨ ਉਹਦੇ ਪੁੱਤ ਦਾ ਵਿਆਹ ਹੋਣਾ ਸੀਗਾ ਜੀ, ਕਾਰਡ ਛੱਪੇ ਸਨ, ਦਿਨ ਮਿੱਥਿਆ ਸੀ, ਪਰ ਅੱਜ ਦੇ ਦਿਨ ਮਾਂ ਦਾ ਭੋਗ ਪਿਆ ਜੀ। ਇਹਦਾ ਮਤਲਬ ਉਹ ਮਿੱਥਿਆ ਹੋਇਆ ਜਿਹੜਾ ਦਿਨ ਸੀ ਉਹ ਬਦਲ ਸਕਦਾ ਜੀ, ਪਰ ਉਹਨਾਂ ਤਿਆਰੀ ਕੀਤੀ ਸੀਗੀ ਜੀ। ਬੰਦੇ ਨੇ ਜਿਹੜੇ ਦਿਨ ਮਿੱਥੇ ਹੈ ਨਾ, ਉਹ ਬਦਲੇ ਜਾ ਸਕਦੇ ਹੈ, ਪਰ ਚੇਤਾ ਰੱਖਿਓ, ਇੱਕ ਦਿਨ ਸਾਡੇ ਸਾਰਿਆਂ ਦਾ ਹੀ ਮਿੱਥਿਆ, ਉਹ ਮੌਤ ਵਾਲਾ ਦਿਨ ਹੈ ਜੀ, ਮੌਤ ਵਾਲਾ ਦਿਨ ਹੈ, ਮਿੱਥਿਆ ਹੋਇਆ ਦਿਨ ਹੈ। ਵਿਆਹ ਦਾ ਦਿਨ ਮਿੱਥਿਆ ਹੋਵੇ ਉਹਦੀ ਤਿਆਰੀ ਹੁੰਦੀ ਹੈ, ਮੌਤ ਵਾਲਾ ਦਿਨ ਮਿੱਥਿਆ ਉਹਦੀ ਕੋਈ ਤਿਆਰੀ ਨਹੀਂ ਹੈਗੀ ਜੀ। ਵਿਆਹ ਵਾਲਾ ਦਿਨ ਮਿੱਥਿਆ ਹੋਇਆ ਬਦਲ ਵੀ ਸਕਦਾ ਹੈ, ਪਰ ਆਹ ਦਿਨ ਬਦਲਿਆ ਵੀ ਨਹੀਂ ਜਾਣਾ, ਇਹ ਮਿੱਥਿਆ ਹੈ, ਇਹ ਹੋਏਗਾ ਹੋਏਗਾ, ਸਰੀਰ ਨਾਸ ਹੋਣਾ ਹੀ ਹੋਣਾ,
ते बाबा कबीर जी लिखते है सो दिन आवन लागा केंदे ओ दिन आ रहा गज के आख वाहे गुरु मिथ्या हुंदा भी मिथ्या होया भी नाश हो जाना एक मिथ्या दा अर्थ झूठ भी है आउंदा ना मिथ्या ना ही रसना परस ओ मिथ्या झूठ है जी विचार महाराज करते हैं भी भाई ये सारा जगत ही मिथ्या है हर एक की तरीक लिखी भी इन्नी तरीक इन्हें मरना है जी सारा जगत मिथ्या है मिथ्या जगत जान कर निश्चय अंतर ब्रिति करहें सुखकार जगत नू मिथ्या जान के सिख संगत अंतरमुखी बिरती रख दियां जी नाम जप के सुख लेंदियां ने मनो महामुन मन सुध करबे कपल रिखी जुत के अनुहार कहन लगे सिख हैं बैठ के अमृत वेले नाम जपते जिवें बड़े बड़े ऋषि बैठ के नाम जपते होण महामुनि मन शुद्ध करन वास्ते बैठदे है कहिंदे ओवें सिख फिर अंतरमुखी बिरती करके जुड़दे है संगत जी सच ते आपां चो कोई विरला ही होएगा जिहड़ा अंतरमुखी बिरती करन दा जतन करदा होएगा जी हाँ जी देख प्रताप अनुज को तब ही जिनके उपदेशत होए गया बाबा महादेव जी अपने भरा वल वेखदे है महाराज का प्रताप वेखदे है भी इन्हां दा उपदेश करन दा तरीका वधिया ज्ञान हुंदा सारिआं नूं हाँ जी प्रात संबंध जान कर कूरो महादेव श्रद्धालु महान गज के आखो ते बाबा महादेव जी ने पक्की मन च गल ठान ली भी मैं अज तो बाद गुरु अर्जन देव जी नूं अपना भरा समझना ही नहीं हैगा मैं अज तो बाद श्रद्धालु बनना इन्हां दा भागां वाले जी नहीं तो कित्थों इस गल तो तां उठिया ही नहीं जांदा बंदे कोलों जी हाँ जी तन तजबे को समय निकट लख जन्म सफलता चह मन मान बाबा महादेव जी गुरु रामदास जी दे दूसरे पुत्र ने अवस्था तो हैगी है बाबा महादेव जी नूं पता लग गया भी मैं गोइंदवाल साहब आ ते गया वापस अमृतसर नहीं जाया जाना मेरा शरीर इत्थे ही छुट जाना है ते मैं हुण अपना समा सफला कर लवां जन्म सफला कर लवां आखो धन गुरु रामदास जी धन श्री गुरु रामदास साहिब जी ये गुरु रामदास जी दे पुत्र दी गल है श्री अर्जन को लख एकांत में गयो समीप बैठ हत ठान हुण चलो ये गुरु अर्जन साहिब नूं गुरु जानदे है सिखां नूं ते पता ना भी गुरु अर्जन साहिब दे वड्डे भरा ने महाराज एकांत च बैठे गुरु अर्जन देव जी कल्ले बैठे शरीर करके ते बाबा महादेव जी सतगुरु जी दे कोल चले गए हाँ जी श्री सतगुर की गादी पर तुम ईश्वर के स्वरूप अवतार महाराज बैठे ते बाबा जी कहन लगे कहिंदे महाराज तुहान गुरु नानक साहब जी दी गद्दी दे उत्ते बैठे ते तुसीं रब हो कहन लगे हाँ जी मैं प्राता ही जानत नित चित पर मैं रोज तुहानू भरा ही समझदा सा कहन लगे मेरे छोटे भरा ने हाँ जी अब बख्शो तुम रिदा उदार ए मेरे कोलों गलती हो गई ते हाथ जोड़ के बाबा महादेव जी कहिंदे महाराज इस गलती दी मैं माफी मंगदा मैनू बख्श लो कहन लगे वेखो निम्रता एक बारी गज के आखो वाहेगुरु भला किस गल दी माफी मंग रहे भी महाराज मैं तुहानू भरा समझदा रहा हाँ मेरे को भुल हो गई कहिंदे हाँ जी उपदेशो एहो आत्म को है किम बंधन मैं दुख गन तार वेखो गुरु रामदास जी दे संस्कार गुरु रामदास जी दे पुत्र बाबा महादेव जी पता की कह रहे अपने आप नूं निम्रता च रख के कहिंदे महाराज मैं बंधना च पिया उपदेश करो मेरे बंधन टुट जाण हाँ जी किम सुख लह दह जग संकट किवें मेरी आत्मा नूं सुख मिले ते मैं जगत दे दुख मेरे सड़ जाण कहन लगे मोहे सुनावो भली प्रकार कृपा करके मैनू दसो कहन लगे उपदेश दियो
अज मैं सिख बन के तुहाडा उपदेश लैण वास्ते आया। संगत जी, बाबा महादेव जी बहुत नाम जपते सन जी, इथों तक बाबा महादेव जी निम्रता च कह रहे भी मेरे जगत दे बंधन कट दियो। बाबा महादेव जी ने जगत नाल वाह रखिया ही नहीं हैगा जी। उधरों बाबा मोहन जी ते इधरों बाबा महादेव जी। बाबा महादेव जी बिल्कुल त्यागी बैरागी सन जी, ब्याह भी नहीं कराया जी इन्हां ने जी। कहिंदे सी मैं लैणा ही की, मैं नाम ही जपणा कहिंदे, फिर भी निम्रता नाल कह रहे जी। हाँ जी, श्री अर्जन श्रद्धालु प्रात लख आर जान्यो तन तजबे काल। सच्चे पातशाह जी ने बाबा महादेव जी का चेहरा वेख्या जी, सुनियो ध्यान ना, महाराज ने चेहरा वेख्या बाबा महादेव जी का। महाराज ने वेख्या भी श्रद्धा आ गई इन्हां दे मन च, ते नाल ही महाराज ने यह भी वेख लिया भी हुण साडे वड्डे भरा दे शरीर छड्डण दा समां आ गया। हाँ जी, उत्तम अधिकारी लग कह बे समझ गो ब्रह्म ज्ञान बिसाल। महाराज मन च विचार करते हैं भी ये हुण उत्तम अधिकारी ने, थोड़ी गल कीतियां भी इन्हां नूं समझ आ जाएगी। संगत दी, जिन्ना चिर बंदा अधिकारी नहीं ना हुंदा उन्ना चिर तक बड़ी कथा सुना उन्हूं समझ ही कुछ नहीं आना जी। ते जदों अधिकारी हो जांदा ना, थोड़ा जिहा ही समझाओ उन्हूं समझ आने लग पैंदी जी। जिवें बीबियां दे सिर ते पैंदी है जदों नवीआं नवीआं ब्याहियां जांदियां, आ सब्जी बनाउणी है ते भावें यूट्यूब तो सीखण जां सस को सीख के पुछ के सीखण, उन्हां नूं करना ही पैंदा जी उह कम जी। माँ बहुता समझाउंदी तां वी नहीं पता लगदा, पर जदों मौका बनदा उन्हां नूं समझ आ जांदी जी। उत्तम अधिकारी बनना, गज के आखो वाहिगुरू, अंदर जानण दी इच्छा होनी जी। महाराज कहिंदे हुणे उत्तम अधिकारी बन गए आ, थोड़ा भी ज्ञान देंगे बहुता समझणगे हुण। हाँ जी, करन लगे उपदेश मृदुल बच प्रात सुनो एह बात सुखाल। आखो श्री गुरु वाह, आखो धन गुरु अर्जन देव जी महाराज। धन श्री गुरु अर्जन देव साहिब जी महाराज। सच्चे पातशाह बड़े मिठे बोलां च उपदेश देण लगे जी, बहुत मिठे बोलां च। महाराज कहिंदे भरा जी आ ते काम बड़ा सौखा हैगा, कहन लगे। हाँ जी, आपै है बंधन लख दुख भोगत श्री नानक कह गिरा रसाल। कहन लगे गुरु नानक देव महाराज बचन करके भी बंदा आपे ही बंधना च फसया है ते दुख भोगदा है। हुण आपां जिन्ने बैठे हैं जी, ईमानदारी नाल वेख लीए, बहुते पंगे ही आप ही लए हुंदे है जी। हाँ जी, बहुते पंगे आप ही लाए होंगे जी, आपे ही बंधना च फसे होंगे तो फिर दुख पाने जी, बहुत पंगे आप लेने। हाँ जी, सलोक महला पहला नानक एहो तन जाल जिन जलै नाम विसारिया पाउदी जाए पराल पिछे हाथ ना अपड़ै तित निबंध है ताल। हजूर गुरु नानक साहिब गुरु अर्जन देव जी ने ना अपने मुखों श्लोक पढ़िया, ध्यान ना सुनियो, आखो श्री वाहे गुरु। नानक एहो तन जाल जिन जालिया नाम विसार, जिन जलिया नाम विसारिया पौधी जाए पराल पिछे हाथ ना अंबड़ै तित निबंध है ताल। तुसी कहो कि गल समझ नहीं आई, भाई संतोख सिंह सारी व्याख्या अगो करते सुनियो। गुरु अर्जन साहब गल करके ना हुण इहदे अर्थ दसदे अपने भरा नूं, जिवें सानू नहीं पता लगा ना बाबा महादेव जी ने भी क्या महाराज इहदे अर्थ की है। हाँ जी, प्रथम को बंधन परयो सुनो सो अह आत्मा ताल समान। महाराज कहिंदे हुण भरा जी सुनो, ये जिहड़ी साडी आत्मा ना एक तलाब वर्गी, तलाब वर्गी जी, तलाब वर्गी है।
ते बंदा फिर फसदा किवें फसदा किवें मैल किवें लगती तलाब नो ओ सुनो कहिंदे तन हंता तारन इन कीनी मैं दिज खतरी बैस सुजान। महाराज कहन लगे बंदा की करदा शरीर दी होमे करदा, मैं खतरी हाँ, मैं ब्राह्मण हाँ, मैं बड़ा सियाणा, मेरा शरीर बड़ा सोहना है। सब तो वड्डी होमे ये हैगी है जी, पहली होमे जी, पहली होमे जी। खाण नू भावें रोटी होवे जां ना होवे, शीशा जरूर वेखेगा बंदा जी भी मेरी शकल किहो जी लगन दई जी, शीशा जरूर वेखेगा जी। ते शीशा वेख के ना जी थोड़ा जा मुस्कराएगा जी, हाँ जी, जे ते सोहना लगता होएगा ते मुस्कराएगा जी, ते जे कोई गल विगड़ी तिगड़ी है ते फिर सैट करेगा जी अपने आप नू। महाराज कहिंदे ये होमे है शरीर दी होमे, फसदा किवें बंदा वह सुनो महाराज कहिंदे। हाँ जी, इत्यादिक तन अपन रूप लख भयो जाल हरियावल आन। जिवें पानी हुंदा, पानी महाराज कहन लगे तलाब, वह पहला ही बंधन च है जी, एक थान ते नीयत हैगा जी। इस तरह आत्मा पहला ही शरीर के विच हैगी है, नीयत हैगी है जी, बाहर नहीं जा सकती जी। तुसीं भावें इत्थों कनेडा चले जाओ पर जदों रब दा हुक्म होएगा उदों आत्मा शरीर चों बाहर निकलेगी, आत्मा नहीं कनेडा जा सकती जी, जाएगी शरीर दे नाल जाएगी जी, शरीर दे नाल जाएगी, ये नहीं जा सकती उंज। तन ते अमृत सरों बाहर चले जाएगा पर आत्मा शरीरों बाहर नहीं जाती जी। अंज पानी पहला ही बंधन विच हैगा जी, वो एक तलाब च है जी। पानी की साड़ी आत्मा, महाराज कह लगे उत्तों फिर की हुंदा है जी, उस पानी ते जाला टिकन लग पैंदा जी। तुसीं वेख लो तलाब छप्पड़ां दा की हाल है, जाला टिकन लग पैंदा जी, हरी हरी घाई उत्ते आपे ही आउण लग पैंदी। जल को करियो आशादन जैसे तिम स्वरूप निज शादन ठान। ओ पया रवे पया रवे ते समय दे नाल ओ जाला पानी नू टक लेंदा है जी, एदा ही हुंदा ना जी, पानी नू ओ जाला टक लेंदा है जी। इसे ही तरह आत्मा नू भी वकारां ने अपने हंकार ने ढकिया होया, कहण लगे हंकार आत्मा तक पहुँचने ही नहीं देता बंदे नूं जी। असल च जो है ना उतों तक हंकार बंदे नूं जान ही नहीं देता जी। हाँ जी, अहम ब्रह्म एह नाम बेसारियो तन हंता जब तारन कीन। गज के आखो सहजे सहजे पानी विखणों बंद हो जाता तो वह हरिया राई विखण लग पैंदा जी उत्ते जी। बस इसे तरह ही है, महाराज कहन लगे बंदा शरीर दी होमे विच आ के नाम छड्ड देंदा ते हौली हौली आत्मा नू मैल लगी जांदी जी, लगी जांदी जी। हाँ जी, पुनहो प्राल घास अर फूल जो, पुनहो पराल घास अर फूस जो, परयो जाल पर पाबहो पीन। महाराज कहिंदे बाबा जी एक गल होर सुनो, फिर की हुंदा, हरी काई जम गई उरे ते घा भी उगन लग पैंदा, घा फूस भी ते लोक भी समान सुट्टन लग पैंदे आ, उत्ते परत जमनी शुरू हो जांदी, मैल होर कट्ठी होण लग पैंदी जी। हाँ जी, तिम हंता पर ममता उपजी, मम सुत मम ग्रह त्रय धन चीन। ओ जिवें उत्ते घा उग जांदा, उत्ते कमल दे फुल आ जांदे आ छप्पड़ां दे विच, होर भी समान डिग जांदा, काई भी छुप जांदी है, पानी होर थले रह जांदा जी। इस तरह पहला तो माण सीगा शरीर का भी, मैं सोहना हैगा जी, मेरी जात उच्ची हैगी जी, मैं रिष्ट पुष्ट है जी। तो उत्तों महाराज कहन लगे काम होर खराब हो गया, ममता भी लग गई जी, हंता दे नाल ममता भी लग गई। गज के आखो वाहेगुरू। कोई बंदा ये नहीं कह सकता भी मैं ममता तो खाली हैगा जी, होया ही नहीं जाता जी। कई बीबिया का नाम ही ममता हों जी, पर
ममता दे अर्थ की है, ममता दा अर्थ हुंदा मेरापन। जिस चीज़ च मेरापन होवे जी, महाराज फिर दसदे कहिंदे मम सुत मम गृह त्रिय धन चीन। बंदा कहिंदा मेरा पोता। हुण वेख लो ईमानदारी नाल जी, हैगा कि नहीं पुत ते माण हुंदा कि नहीं हुंदा जी, ते ममता ही है। मैनू भी हैगा जी, साडे भरा साडे विद्यार्थी, हाँ जी माण हो गया जी। मम ग्रह मेरा घर, कब्जा हैगा कि नहीं हैगा जी साडा जी, छड्डदे नहीं अहीं कब्जा, नहीं छड्डदे जी, ममता हैगी जी। फिर महाराज कहिंदे त्रे मेरी इस्तरी मेरी घर वाली है, इस्तरी कहिंदी मेरा घर वाला है। धन चीन इन्नी माया मेरी है, तू मेरे कोलों लई सी मैनू वापस कर, गज के आखो। ठीक है लोड़ तो हैगी है, पर बंदा पूछे भी तेरी किवें हैगी है, है तो है ज्ञान वाली गल, पर जे इस गल ते चल पो तो दुनिया का कारोबार नहीं चलता बंदे का जी। पर महाराज कह रहे कहिंदे एक हंता हुंदी है, हंता दे उत्ते ममता लग जांदी है जी, मतलब काम होर खराब हो गया, आत्मा होर बिगड़ गई जी। हाँ जी, जल सम आत्म अधिक आशा दियो, परदा मोटो भयो नवीन। कहन लगे पहला ही काई ने ओ पानी दी परत नूं ढकिया सी, उत्तों घास फूस दा मोटा परदा पै गया, इसे तरह पहला ही होमे सी, उत्तों ममता लग गई जी बंदे नूं जी, पानी अंदर रह गया जी असली। हाँ जी, ब्रित ना पहुंचे इन दोए को ताज, फसियो इनो मह जाने नाहे। गज के आखो। महाराज कहन लगे हुण इन्हां दोवां नूं फाड़ना पएगा जे पानी तक जाना, घा पहला ओ घा फिर काई, उन्हूं पना करना पएगा तो फिर आत्मा तक फिर पानी तक बंदा जाएगा। हाँ जी, जब सतगुर उपदेश जतन को, जल आत्म प्रातम निज माहे। जिवें घा नूं काई नूं परां कर दवे बंदा फिर पानी तक पहुँचदा, इसे तरह पहला ममता नूं ते फिर हंता नूं परां करे फिर आत्मा तक पहुँचदा। पर हुंदा कदों है, जदों गुरु जी किसी नूं उपदेश देंदे है। आखो श्री वाहेगुरु। जदों गुरु जी उपदेश देंदे है फिर ये गल बनती जे। हाँ जी, इन दोनों ते दुख को भोग है, अत दुख को सुख लख चित चाहे। महाराज कहन लगे जिन्ना चिर तक दोवें चीजा परा नहीं होंदियां, उन्ना चिर तक दुख ही लगे रहना जी, दुख लगा ही रहना जी, फिर अत दुख जी ज्यादा दुख लगता जी बंदे। वहर ब्रित ते उठे वाशना, इन अनुसार जन्म को पाहे। अंतरमुखी बंदा रहिंदा ही नहीं है, बार मुखी रहिंदा है, मेरा पुत मेरी धी मेरी घरवाली मेरे बच्चे मेरा परिवार, इस गल नूं छड्डना औखा। ओरे तो बाद अपने आप दी होमे छड्डनी औखी जी, पहलां ये मेरी है इहदी होमे छड्डनी, शरीर मेरा नहीं है फिर इहदी होमे छड्डनी जी औखा। महाराज कहिंदे जिन्ना चिर बाहर है ना मेरी है, उन्ना चिर तक वासना पैदा होंदी जी, जदों वासना पैदा होगी तो वासना जन्म मरण के चक्कर च पा देंदी बंदे नूं, करम बन गया जी। गज के आखो वाहेगुरु। करम बन गया, करम जी, तो जदों करम बन गया ना जी फिर जन्म मरण लैना ही पैंदा जी बंदे नूं। वो एक गुरमुख प्यारा दस रहा, कहिंदा मेरे को साधु आया, कमाई बड़ी सी उहदी, तुरिया फिरे, कहिंदे मेरा नाम लै के कहिंदा तू ही है, कहिंदे जी मैं क्या, हाँ जी, कहिंदे फिर सुना कोई गल, कहिंदे मैं आखिया भी सवा पैर अमृत वेले उठण दा सोना दान करन दा फल हैगा, कहिंदा चुप कर जा फलां ने ते अगे फसाया, कहिंदा गज के आखो। वो कहिंदे क्यों, कहिंदा फलां ने ते अगे फसाया, पहला फल लैण दी सोच लो ते कम करो, हाँ जी पुन बन गए जी, ते बाद विच फिर अगला जन्म लो ओ फलां दा चंगा फल खाण वास्ते जी।
ਕਹਿੰਦਾ ਇਹਨੇ ਤੇ ਅੱਗੇ ਫਸਾਇਆ, ਕੋਈ ਹੋਰ ਗੱਲ ਸੁਣਾ। ਇਸ ਕਰਕੇ ਮਹਾਰਾਜ ਕਹਿੰਦੇ ਜਿਹੜੀਆਂ ਵਾਸ਼ਨਾਵਾਂ ਨੇ ਨਾ, ਵਾਸ਼ਨਾ ਦਾ ਮਤਲਬ ਇੱਛਾ ਜੀ, ਇਹਦੇ ਤੋਂ ਫਿਰ ਜਨਮ ਮਰਨ ਬਣਦਾ ਜੀ। ਹਾਂਜੀ, ਇਹ ਪਰਦੋ ਤਨ ਹੰਤਾ ਮਮਤਾ ਤਿਆਗੇ ਤੇ ਆਤਮ ਲਖ ਲੇਤ। ਜਿਹੜਾ ਸਰੀਰ ਦਾ ਹੰਕਾਰ ਤੇ ਮਮਤਾ ਛੱਡ ਦਿੰਦਾ ਹੈ ਨਾ, ਉਹ ਫਿਰ ਹੌਲੀ ਹੌਲੀ ਆਤਮਾ ਨੂੰ ਵੇਖ ਲੈਂਦਾ ਹੈ ਜੀ। ਸੰਗਤ ਜੀ, ਆਪਾਂ ਸਰੀਰ ਨੂੰ ਤੇ ਬੜੀ ਬੜੀ ਵੇਖਿਆ ਹੋਏਗਾ, ਪਰ ਆਪਣੀ ਆਤਮਾ ਨੂੰ ਨਹੀਂ ਵੇਖਿਆ ਹੋਏਗਾ ਜੀ। ਇੱਥੋਂ ਤੱਕ ਬਿਨਾਂ ਸ਼ੀਸ਼ੇ ਤੋਂ ਅਸੀਂ ਆਪਣਾ ਸਰੀਰ ਵੀ ਨਹੀਂ ਵੇਖ ਸਕਦੇ ਜੀ। ਪਾਣੀ ਪਾਣੀ ਤੋਂ, ਸਰੀਰ ਤੋਂ ਬਗੈਰ ਵੇਖ ਥੋੜ੍ਹੀ ਸਕਦੇ ਨੇ। ਇਮਾਨਦਾਰੀ ਨਾਲ ਗੱਲ ਕਰਿਓ, ਬਿਲਕੁਲ ਇਮਾਨਦਾਰੀ ਨਾਲ। ਸੱਚ ਹੈਗਾ ਜੀ, ਅੱਜ ਤੱਕ ਕਿਸੇ ਬੰਦੇ ਨੇ ਆਪਣੇ ਆਪ ਨੂੰ ਨਹੀਂ ਵੇਖਿਆ ਜੀ। ਫਿਰ ਸੁਣ ਲਓ, ਅੱਜ ਤੱਕ ਕਿਸੇ ਬੰਦੇ ਨੇ ਆਪਣੇ ਆਪ ਨੂੰ ਨਹੀਂ ਵੇਖਿਆ ਜੀ। ਮੈਂ ਤੁਹਾਨੂੰ ਵੇਖ ਸਕਦਾ, ਆਪਣੇ ਆਪ ਨੂੰ ਨਹੀਂ ਵੇਖ ਸਕਦਾ ਜੀ। ਆਪਣੇ ਆਪ ਨੂੰ ਥੋੜ੍ਹੀ ਵੇਖਿਆ ਜਾਣਾ ਜੀ। ਸ਼ੀਸ਼ੇ ਦੀ ਤਾਂ ਮਦਦ ਲੈਂਦੇ, ਤਾਂ ਨਿਹੰਗ ਸਿੰਘ ਇਹਨੂੰ ਚੁਗਲਖੋਰ ਕਹਿੰਦੇ ਜੀ, ਸ਼ੀਸ਼ੇ ਨੂੰ ਜੀ, ਚੁਗਲ ਹੈਗਾ ਕਹਿੰਦੇ। ਹਾਂਜੀ, ਸ਼ੀਸ਼ਾ ਤਾਂ ਇੱਕ ਪ੍ਰਤੀਬਿੰਬ ਹੈ ਨਾ, ਇਹਦੀ ਮਦਦ ਲੈਂਦੇ ਹਾਂ, ਆਪਣੇ ਆਪ ਨੂੰ ਤਾਂ ਨਹੀਂ ਵੇਖਿਆ ਜੀ ਕਦੇ, ਅਤੇ ਆਤਮਾ ਨੂੰ ਕਿਵੇਂ ਵੇਖ ਲਾਂਗੇ। ਪਰ ਜਦੋਂ ਬੰਦਾ ਨਾਮ ਜਪਦਾ ਨਾ, ਫਿਰ ਆਤਮਾ ਨੂੰ ਵੀ ਵੇਖ ਲੈਂਦਾ ਹੈ ਜੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ, ਮਹਾਰਾਜ ਕਹਿੰਦੇ ਫਿਰ ਬੰਦਾ ਸਹਿਜੇ ਸਹਿਜੇ ਨਾਮ ਜਪ ਕੇ ਆਪਣੀ ਆਤਮਾ ਨੂੰ ਵੇਖਦਾ ਬਾਬਾ ਜੀ। ਹਾਂਜੀ, ਮਨ ਕੋ ਇੰਦਰੀ ਸੰਗ ਸੰਬੰਧ ਜੋ ਇਹ ਮਮਤਾ ਅਤਿਸ਼ੈ ਦੁੱਖ ਲੇਤ। ਇਹ ਬੰਧਨ ਅਤਿਸ਼ੈ ਦੁੱਖ ਦੇਤ, ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਹੁਣ ਚੱਕਰ ਕੀ ਹੈਗਾ ਜੀ, ਮਨ ਤੇ ਇੰਦਰੀਆਂ ਦਾ ਸੰਬੰਧ ਹੈਗਾ ਜੀ। ਅੱਖਾਂ ਇੰਦਰੀ, ਅੱਖ ਇੰਦਰੀ ਹੈ, ਕਹਿੰਦੀ ਵੇਖ, ਅੱਖ ਵੇਖਦੀ ਹੈ। ਉਹ ਮਾੜਾ ਵੇਖ ਲਿਆ ਜੀ, ਪੰਗਾ ਪੈ ਗਿਆ ਜੀ। ਮਾੜਾ ਸੁਣ ਲਿਆ, ਪੰਗਾ ਪੈ ਗਿਆ। ਇਹਦੇ ਤੋਂ ਵੀ ਬੜਾ ਦੁੱਖ ਪੈਦਾ ਹੁੰਦਾ ਹੈ। ਹਾਂਜੀ, ਇੰਦਰੀਏ ਤੇ ਹਟ ਕਰ ਹੋਏ ਫਿਰ ਜਬ ਟਿਕ ਜਾਵੇ ਮਨ ਹਿਰਦੇ ਨੇ ਕੇਤ। ਜਦੋਂ ਅੰਦਰ, ਜਦੋਂ ਬਾਹਰ ਦੀਆਂ ਇੰਦਰੀਆਂ ਟਿਕਦੀਆਂ ਨੇ, ਗੁਰੂ ਅਰਜਨ ਸਾਹਿਬ ਕਹਿੰਦੇ ਫਿਰ ਅੰਦਰ ਦਾ ਮਨ ਟਿਕਣ ਲੱਗ ਪੈਂਦਾ ਹੈ ਜੀ। ਪਹਿਲਾਂ ਤਾਂ ਬਹਿਣਾ ਬੰਦੇ ਨੂੰ ਆਵੇ ਜੀ, ਇੱਕ ਰਸ ਬੈਠੇ ਜੀ। ਹਾਂਜੀ, ਹੌਲੀ ਹੌਲੀ ਇੰਦਰੀਆਂ ਨੂੰ ਟਿਕਾਵੇ ਜੀ। 5-7 ਮਿੰਟ ਅੱਖਾਂ ਬੰਦ ਕਰਨ ਦਾ ਯਤਨ ਕਰੇ ਜੀ, ਮਿਹਨਤ ਕਰੇ ਜੀ। ਟਾਈਮ 'ਤੇ ਲਾਉਣਾ ਪੈਂਦਾ ਜੀ, ਅੱਖਾਂ ਬੰਦ ਕਰੇ, ਮੈਂ ਖੋਲ੍ਹਣੀਆਂ ਨਹੀਂ ਜੀ, ਅਤੇ ਵਾਹਿਗੁਰੂ 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 ਜਪੇ। ਹੌਲੀ ਹੌਲੀ ਜੀਭ ਵੀ ਤਿੰਦਰੀ ਹੈ ਨਾ, ਅੱਖ ਬੰਦ ਹੋ ਗਈ, ਜੀਭ ਵਾਹਿਗੁਰੂ ਵਾਹਿਗੁਰੂ ਕਹਿ ਰਹੀ ਆ, ਹੌਲੀ ਹੌਲੀ ਮਨ ਨੂੰ ਵੀ ਟਿਕਾਣੇ ਆਉਣਾ ਪੈਣਾ ਜੀ। ਮਹਾਰਾਜ ਕਹਿੰਦੇ ਮੂੰਦ ਲੀਏ ਦਰਵਾਜ਼ੇ ਬਾਜੀ ਵਾਲੇ ਅਨਹਤ ਬਾਜੇ। ਆਹ ਦਰਵਾਜ਼ੇ ਬੰਦ ਕਰ ਲਓ, ਆਹ ਬੰਦ ਕਰ ਲਓ, ਅੰਦਰ ਹੀ ਬਾਜੇ ਵੱਜਣਗੇ। ਹਾਂਜੀ, ਸੋ ਮੁਕਤੀ ਹੈ ਸੁਖਦ ਪਰਮ ਗਤ ਕਹਿਤ ਸੰਤ ਸਭ ਬੇਦ ਸਮੇਤ। ਸੋ ਮਹਾਰਾਜ ਗਰੀਬ ਨਵਾਜ ਕਹਿੰਦੇ ਆ, ਇਸ ਤਰੀਕੇ ਨਾਲ ਬੰਦੇ ਨੂੰ ਸਹਿਜੇ ਮੁਕਤੀ ਮਿਲਦੀ ਫਿਰ ਬਾਬਾ ਜੀ, ਸਹਿਜੇ ਮੁਕਤੀ ਮਿਲਦੀ ਹੈ। ਹਾਂਜੀ, ਅੰਤਰ ਬ੍ਰਿਤੀ ਹੋਏ ਕਰ ਜਾਨੋ ਵਹਿਰ ਨਾਹੀ ਕੁਛ ਸਭ ਇਸ ਮਾਹੇ। ਇਸ ਕਰਕੇ ਬਾਬਾ ਜੀ ਆਪਣੇ ਅੰਦਰ ਟਿਕੋ, ਬਾਹਰ ਕੁਝ ਵੀ ਨਹੀਂ ਹੈਗਾ, ਕੁਝ ਵੀ ਨਹੀਂ, ਸਭ ਕੁਝ ਅੰਦਰ ਹੀ ਹੈ। ਬਾਣੀ ਦੀ ਪੰਕਤੀ ਆ, ਕੱਪੜ ਰੂਪ ਸੁਹਾਵਣਾ, ਅੰਦਰ ਜਾਵਣਾ। ਇਹਦੇ ਬਾਹਰੀ ਅਰਥ ਤੇ ਇਹੋ ਹੀ ਹੈ ਵੀ ਸੋਹਣਾ ਕੱਪੜਾ ਰੂਪ ਇਹ ਛੱਡਣਾ ਪੈਂਦਾ ਜੀ। ਪਰ ਇੱਕ ਤੱਤਦਰਸੀ ਮਹਾਂਪੁਰਖ ਮੈਨੂੰ ਕਹਿਣ ਲੱਗੇ, ਕੱਪੜਾ ਸੋਹਣਾ ਰੂਪ ਛੱਡ ਦਿਓ, ਅੰਦਰ ਚਲੇ ਜਾਓ ਆਪਣੇ, ਅੰਦਰ ਜਾਣਾ ਔਖਾ ਜੀ। ਅੰਤਰ ਬ੍ਰਿਤੀ ਹੋਏ ਕਰ ਜਾਨੋ ਵਹਿਰ ਨਹੀਂ ਕੁਛ ਸਭ ਇਸ ਮਾਹੇ। ਕਹਿਣ ਲੱਗੇ ਅੰਦਰ ਬਿਰਤੀ ਜਾਓ ਬਾਬਾ ਜੀ, ਸਮਝ ਲਓ ਬਾਹਰ ਕੁਝ ਨਹੀਂ ਹੈਗਾ, ਝੂਠ ਹੀ ਹੈਗਾ, ਮਿੱਥਿਆ ਹੈਗਾ ਜੀ ਸਾਰਾ। ਹਾਂਜੀ, ਮਹਾਂਦੇਵ ਸੁਨ ਦ੍ਰਿਗ ਜੁਗ ਮੁੰਦੇ ਅੰਤਰ ਬ੍ਰਿਤੀ ਤੇ ਵਹਿਰ ਨਾ ਆਹੇ। ਲਓ ਜੀ, ਬਾਬਾ ਮਹਾਂਦੇਵ ਜੀ ਨੇ ਸੁਣਿਆ ਤੇ ਹੱਥ ਜੋੜ ਕੇ ਨਾ ਜੀ ਅੱਖਾਂ ਬੰਦ ਕੀਤੀਆਂ ਜੀ, ਤੇ ਗੁਰੂ ਅਰਜਨ ਦੇਵ ਜੀ ਨੇ ਦ੍ਰਿਸ਼ਟੀ ਪਾਈ ਤੇ ਬਾਬਾ ਮਹਾਂਦੇਵ ਜੀ ਦੀ ਸਮਾਧੀ ਲੱਗ ਗਈ ਜੀ, ਸਮਾਧੀ ਲਾ ਤੀ ਜੀ।
अंतरमुख बिरती हो गई, टिक गए जी अंदर जी, अपने अखा नहीं खुलियां जी फिर उन्होंने। हाँ जी, तत्शिन लगी समाध अचल चित, रस को पाए तजत सो नाहे। उस वेले समाधि लग गई जी, अचल चित, चित टिक गया जी, ते रस मिल गया जी, अंदर रस आ रहा, ते हुण अखां खोलण नूं जी नहीं करन दिया जी। जिन्हां नूं नाम जपण दा रस आ जाए ना जी, फिर वह छड नहीं सकते नाम जपणा जी। हुण ओह बाबा देव, बाबा महादेव जी कोलों अखां नहीं खुल रही जी। हाँ जी, बीत गए जुग जाम थ्रेओ जब, श्री अर्जन तब गह कर बाहे। दो पैर लंघ गए जी, दो पैर ते बाबा जी दी अखां बंद, लगभग 6-7 घंटे जी बाबा जी दी अखां बंद, समाधि लगी है, सिख आ रहे है जा रहे है। महाराज ने वेख्या भी हुण इह छड नहीं रहे समाधि नूं, ते बीत गए जुग जाम थिरिओ जब, श्री अर्जन तब गह कर बाहे। महाराज ने अपने वड्डे भरा दी बांह फड़ी दी फिर दी। हाँ जी, तन ब्रिति तुमरी गुर सुत हो, कहे तनक ते उपजो ज्ञान। वेखो, मेर ते आप कीती सारी, पर बाबा महादेव जी दी बांह फड़ के महाराज कहण लगे, हे गुरु रामदास दे पुत्र, तुही तन च इन्नी गल कहण ची समाधि लग गई कहण लगे, इन्ने थोड़े ज्ञान च एड्डी वड्डी कृपा हो गई कहण लगे। लहो समाध वहर की, अब तुम जगत आपनो रूप पशान। हुण कहण लगे अखां खोलो, हुण सी अगे सी अंदर दी समाधि लगे, हुण तुहाडी बाहर दी समाधि ला दिंदे आ। किवें? जिवें तुसी अंदर टिक गए सीगे, अपने रूप विच पहुँच गए सीगे, आनंद मिल रहा सी, हुण बाहर दी समाधि इहदे तों वी वड्डी कृपा, अखां खोलोगे तुहानूं सब कुछ विखेगा ही। रब कहण लगे, रब तों बगैर दूजा विखेगा ही नहीं। ब्रह्म सो दिसै ब्रह्म सो सुनियै, अज तों तुसी ब्रह्म नूं ही वेखोगे ते ब्रह्म नूं ही सुणोगे, अखां खुल्लियां दी समाधि आए। हांजी, तिस बिन ऊन नहीं को थां, तुहानूं रब तों बगैर हुण दूजी थां ही नहीं विखेगी, कृपा कर दित्ती जी महाराज ने। भगत जी कहिंदे ना, ईबै बीठल ऊबै बीठल, बीठल बिन संसार नहीं। जिन्हां दी जागदियां दी समाधि लग गई जी, हुण वेखो ना, अखां बंद करके समाधि लगनी बड़ी वड्डी गल है जी, पर कम कर रुक जांदे, ते जिन्हां ते फिर होर कृपा हुंदी ना, ओह कम भी करदे पर समाधि लगी रहिंदी जी, अंदर नाम चलदा रहिंदा जी, सब वाहिगुरू नूं वेखदे हो। हाँ, जागत सुपत उठत अर बैठत, फिरत स्थित एक रस ब्रित ठान। जागदियां सुतियां उठदियां बैठदियां अज तों तुहाडी बिरती विच फर्क नहीं पएगा, महाराज कहण लगे फर्क नहीं पएगा। हाँ जी, द्रिग उगार कर अनुज बेलोक्यो, महिमा महाजान सुख पाए। सो बाबा महादेव जी ने अखां खोलियां, अखां खोल के अपने भरा गुरु अर्जन देव साहब दे दर्शन किते, महिमा दा पता लग गया। जिस गल दी प्राप्ति वास्ते बाबा जी ने जोर ला लिया सी अपनी जिंदगी च, गुरु अर्जन देव जी ने एको दृष्टि पाई ते सारी गल बना दिती। गुरु दी मेहर विच बड़ी वड्डी ताकत है। गज के आखो वाहे, एको दृष्टि पाई ते गल बना दी ते जन्म मरण कटिया गया। चिट्टे घोड़े ते गुरु हरगोबिंद साहिब बैठे, महाराज जा रहे, प्यो पुत आए जी, दोवें प्यो पुत। प्यो पुत कहण लगे, महाराज असीं ना चित्र बनाउंदे लोकां दे ते बड़े सोहणे बनाउंदे। सतगुरु जी कहण लगे, बड़ी चंगी गल है। बाबा बिधी चंद जी लागे खलोते सी, बाबा बिधी चंद साहब उन्हां नूं कहण लगे, जे तुसीं चित्र बनाउंदे हो ते मेरे सतगुरु जी दा चित्र बनाओ, गुरु हरगोबिंद साहब जी दा। ओह पता की कहण लगे, कहिंदे बाबा जी,
ਜਿਹਦਾ ਚਿੱਤਰ ਬਣਾਉਣਾ ਹੋਵੇ ਪਹਿਲਾਂ ਉਹਨੂੰ ਮਨ 'ਚ ਵਸਾਉਣਾ ਪੈਂਦਾ ਹੈ, ਫਿਰ ਬਣਦਾ। ਗੁਰੂ ਹਰਗੋਬਿੰਦ ਸਾਹਿਬ ਬਹੁਤ ਪਵਿੱਤਰ ਸਰੂਪ ਨੇ ਅਤੇ ਅਸੀਂ ਬੜੇ ਮੈਲੇ ਹੈਗੇ, ਸਾਡਾ ਮਨ ਬੜਾ ਮੈਲਾ ਮੈਲਾ। ਤੇ ਗੁਰੂ ਜੀ ਜੇ ਕਿਰਪਾ ਕਰਨ, ਹਾਂ ਕਰਨ, ਮਹਾਰਾਜ ਕਹਿੰਦੇ ਬਣਾ ਲਓ। ਉਹਨਾਂ ਮਹਾਰਾਜ ਦਾ ਉਸ ਸਮੇਂ ਉਹੋ ਜਿਹੇ ਰੰਗਾਂ ਦੇ ਹਿਸਾਬ ਦੇ ਨਾਲ ਜਿਹੋ ਜਿਹਾ ਸਤਿਗੁਰੂ ਜੀ ਦਾ ਸਰੀਰ ਸੀ ਚਿੱਤਰ ਬਣਾਇਆ। ਬਾਬਾ ਬਿਧੀ ਚੰਦ ਜੀ ਬੜੇ ਖੁਸ਼ ਹੋਏ ਜੀ, ਤੇ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਕਹਿੰਦੇ ਵੀ ਕੁਝ ਮੰਗੋ। ਕਹਿੰਦੇ ਮਹਾਰਾਜ ਜੋ ਦੇਣਾ ਦੇ ਦਿਓ। ਤੇ ਗੁਰੂ ਸਾਹਿਬ ਉਹਨਾਂ ਤੇ ਖੁਸ਼ ਬੜੇ ਹੋਏ। ਗੁਰੂ ਹਰਗੋਬਿੰਦ ਸਾਹਿਬ ਗੁਰੂ ਦੀ ਖੁਸ਼ੀ ਸੁਣਿਓ, ਗੱਜ ਕੇ ਆਖੋ ਵਾਹਿਗੁਰੂ। ਗੁਰੂ ਸਾਹਿਬ ਉਹਨਾਂ ਤੇ ਖੁਸ਼ ਬੜੇ ਹੋਏ ਤੇ ਮਹਾਰਾਜ ਨੇ ਪਤਾ ਕੀ ਕੀਤਾ ਜੀ, ਉਹਨੂੰ 100-200 ਰੁਪਈਆ ਦੇ ਕੇ ਵੀ ਖਹਿੜਾ ਛੜਾ ਸਕਦੇ। ਚਿੱਤਰਕਾਰਾਂ ਨੂੰ ਉਸ ਸਮੇਂ 100-200 ਰੁਪਈਆ ਬੜੀ ਵੱਡੀ ਗੱਲ ਸੀ। ਮਹਾਰਾਜ ਕਹਿਣ ਲੱਗੇ ਤੁਸੀਂ ਸੱਚੇ ਮਨੋਂ ਸੇਵਾ ਕੀਤੀ ਆ, ਜਾਓ ਤੁਹਾਡੇ ਦੋਵਾਂ ਪਿਓ ਪੁੱਤਾਂ ਦਾ ਅੱਜ ਤੋਂ ਜਨਮ ਮਰਨ ਹੀ ਕੱਟ ਦਿੱਤਾ। ਕਹਿਣ ਲੱਗੇ ਇੰਨੀ ਕੁ ਗੱਲ ਜਿਹਦੇ ਤੇ ਗੁਰੂ ਦੀ ਮਿਹਰ ਹੋ ਗਈ, ਦ੍ਰਿਸ਼ਟੀ ਹੋ ਗਈ ਉਹਨਾਂ ਨਾਲ, ਤੇ ਫਿਰ ਇੰਜੀ ਹੁੰਦਾ। ਬਾਬਾ ਮਹਾਦੇਵ ਜੀ ਤੇ ਮਿਹਰ ਦੀ ਦ੍ਰਿਸ਼ਟੀ ਪਾਈ, ਸਮਾਧੀ ਲਾ ਦਿੱਤੀ, ਜਨਮ ਮਰਨ ਕੱਟੇ ਗਏ, ਆਨੰਦ ਬਣ ਗਏ। ਕਿਉਂਕਿ ਗੁਰੂ ਜੀ ਆਪ ਰੱਬ ਪਰਮੇਸ਼ਰ ਹਨ, ਸਤਿਗੁਰੂ ਜੀ ਮਿਹਰ ਕਰਨ, ਕਿਰਪਾ ਕਰਨ। ਅਗਲਾ ਪ੍ਰਸੰਗ ਕੱਲ੍ਹ ਨੂੰ ਸਰਵਣ ਕਰਾਂਗੇ। ਬਾਬਾ ਜੀ ਨੇ ਸਰੀਰ ਤਿਆਗਣਾ, ਉਹ ਕੱਲ੍ਹ ਨੂੰ ਪ੍ਰਸੰਗ ਸਰਵਣ ਕਰਾਂਗੇ। ਪਿਆਰ ਨਾਲ ਪੰਕਤੀ ਫੜੋ, ਫਿਰ ਦਾਸ ਖਾਣਾ ਮੰਗੇ। ਸਤਿਗੁਰ ਦੇਵ ਪਰਤਖ ਹਰ ਮੂਰਤ, ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਅੰਮ੍ਰਿਤ ਬਚਨ ਸੁਣਾਵੇ। ਸਤਿਗੁਰ ਦੇਵ ਪਰਤਖ ਹਰ ਮੂਰਤ, ਸਤਿਗੁਰ ਦੇਵ ਪਰਤਖ ਹਰ ਮੂਰਤ, ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਅੰਮ੍ਰਿਤ ਬਚਨ ਸੁਣਾਵੇ। ਸਾਰੀ ਸੰਗਤ ਗੱਜ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਾਰ ਕੇ, ਸਤਿਗੁਰ ਦੇਉ ਪਰਤਖ ਹਰ ਮੂਰਤ, ਸਤਿਗੁਰ ਦੇਉ ਪਰਤਖ ਹਰ ਮੂਰਤ, ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਅੰਮ੍ਰਿਤ ਬਚਨ ਸੁਣਾਵੇ। ਗੱਜ ਕੇ ਪਰਤਖ ਸਤਿਗੁਰ ਦੇਉ ਪਰਤਖ ਹਰ ਮੂਰ, ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਅੰਮ੍ਰਿਤ ਬਚਨ ਸੁਣਾਵੇ। ਅੰਮ੍ਰਿਤ ਬਚਨ ਸੁਣਾਏ, ਬਾਬਾ ਮਹਾਦੇਵ ਜੀ ਦੀ ਬਿਰਤੀ ਜੋੜ ਦੇ। ਅੰਮ੍ਰਿਤ ਬਚਨ ਸਾਧ ਕੀ ਬਾਣੀ, ਸਤਿਗੁਰ ਦੇਉ ਪ੍ਰਤੱਖ ਹਰ ਮੂਰਤ, ਸਤਿਗੁਰ ਦੇਉ ਪ੍ਰਤੱਖ ਹਰ ਮੂਰਤ, ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਅੰਮ੍ਰਿਤ ਬਚਨ ਸੁਣਾਵੇ। ਸਤਿਗੁਰ ਦੇਉ ਪ੍ਰਤੱਖ ਹਰ ਮੂਰਤ, ਵਾਹਿਗੁਰੂ। ਸਤਿਗੁਰ ਦੇਉ ਪ੍ਰਤੱਖ ਹਰ ਮੂਰਤ, ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਅੰਮ੍ਰਿਤ ਬਚਨ
शरीर त्यागना, ब्रह्म ज्ञान की अवस्था उन्होंने बन गई है, शरीर किवें त्यागते हैं, कल नूं सरवण करांगे, भुल्लां चुक्कां की खिमा बख्शिश करांगे। वाहेगुरु जी का खालसा, वाहेगुरु जी की फतेह।